ਦੋਸਤੋ, ਪਰਵਾਨਾ ਜੀ ਦੇ ਭੋਗ ਦੇ ਸਮੇਂ ਉਚੇਚੇ ਤੌਰ 'ਤੇ ਅੰਮ੍ਰਿਤਸਰ ਸਾਹਿਬ ਤੋਂ ਮੱਖਣ ਭੈਣੀ ਵਾਲਾ ਗੀਤਕਾਰ ਅਤੇ ਗਾਇਕ ਉਹ ਪਹੁੰਚੇ ਨੇ। ਉਹ ਵੀ ਪਰਵਾਨਾ ਜੀ ਦੇ ਗੀਤਾਂ ਤੋਂ ਬਹੁਤ ਪ੍ਰਭਾਵਿਤ ਸਨ, ਜਿਵੇਂ ਸਾਰੇ ਗੀਤਕਾਰ ਅਤੇ ਗਾਇਕ ਪ੍ਰਭਾਵਿਤ ਨੇ ਉਹਨਾਂ ਦੇ ਗੀਤਾਂ ਤੋਂ। ਸੋ ਮੱਖਣ ਜੀ ਦੇ ਨਾਲ ਕਰਦੇ ਗੱਲਬਾਤ। ਸਭ ਤੋਂ ਪਹਿਲਾਂ ਸਭ ਸਰੋਤੇ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਪਰਵਾਨਾ ਜੀ ਮੇਰੇ ਉਸਤਾਦ ਸੀ। ਕਰੀਬ ਅੱਜ ਤੋਂ 30-35 ਸਾਲ ਪਹਿਲਾਂ ਜਦੋਂ ਕਲਾਕਾਰਾਂ ਦੀ ਮੰਡੀ ਹੁੰਦੀ ਸੀ ਲੁਧਿਆਣਾ ਜੀ, ਬੱਸ ਸਟੈਂਡ ਦੇ ਸਾਹਮਣੇ ਧਿਆਨ ਸਿੰਘ ਮਾਰਗਨ ਕੰਪਲੈਕਸ, ਉੱਥੇ ਮੇਰਾ ਆਉਣਾ ਜਾਣਾ ਸੀ ਅਤੇ ਮੇਰੇ ਜਿਹੜੇ ਗੀਤ ਸੀਗੇ ਉਹ ਇੱਕ ਹੀ ਰਿਕਾਰਡ ਹੋਇਆ ਸੀਗਾ ਅਤੇ ਉੱਥੇ ਇਹਨਾਂ ਦੇ ਮੈਂ ਨਾਲ ਮੇਲ ਹੋਇਆ ਅਤੇ ਮੇਰੇ ਮਿੱਤਰ ਇੱਕ ਉਹਨਾਂ ਨੇ ਮੇਰਾ ਇਹ ਨਾਲ ਮਿਲਾਇਆ ਸੀਗਾ। ਅੱਛਾ ਜੀ। ਅਤੇ ਅਸੀਂ ਤਾਂ ਇਹਨਾਂ ਨੂੰ ਕਿਤਾਬਾਂ ਇਹਨਾਂ ਨੇ ਪੜ੍ਹੀਆਂ ਸੀ ਅਤੇ ਇਹਨਾਂ ਦੇ ਗੀਤ ਸੁਣੇ ਸੀ ਅਤੇ ਇਹਨਾਂ ਦਾ ਨਾਮ ਵੀ ਸੁਣਿਆ ਸੀ ਜੀ। ਅਤੇ ਸਾਡੇ ਵਾਸਤੇ ਤਾਂ ਬੜਾ ਇੱਕ ਨਾ ਤਕੜਾ ਨਾਂ ਸੀਗਾ। ਬਿਲਕੁਲ। ਅਤੇ ਅਸੀਂ ਉਹਨੂੰ ਮਿਲਣਾ ਵੀ ਚਾਹੁੰਦੇ, ਪਰ ਅਚਾਨਕ ਜਦੋਂ ਉਦੋਂ ਮਿਲੇ ਜੀ ਅਤੇ ਉਹਨਾਂ ਨੇ ਮੈਨੂੰ ਮਿਲਾਇਆ ਅਤੇ ਅਸੀਂ ਮੈਂ ਉਹਨਾਂ ਦੀ ਕਰ ਰਿਹਾ ਸੀ ਵੀ ਤੁਹਾਡੇ ਅਸੀਂ ਬਹੁਤ ਗੀਤ ਸੁਣਦੇ ਹਾਂ। ਅੱਛਾ ਜੀ। ਮੇਰਾ ਉਦੋਂ ਜੇ ਗੀਤ ਜਿਹੜਾ ਉਹ ਹੋਇਆ ਸੀਗਾ। ਅੱਛਾ ਜੀ। ਮੈਂ ਵੀ ਉਹਨੂੰ ਸੁਣਾਏ ਅਤੇ ਮੈਨੂੰ ਕਹਿੰਦੇ ਵੀ ਮੱਖਣਾ ਯਾਰ ਤੂੰ ਵਧੀਆ ਲਿਖਦਾ ਵਾਂ। ਅੱਛਾ। ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਬਹੁਤ ਵਧੀਆ ਲਿਖਦੇ ਹੋ, ਕਹਿੰਦੇ ਮੱਖਣਾ ਯਾਰ ਤੂੰ ਵੀ ਵਧੀਆ ਲਿਖਦਾ। ਹਾਂਜੀ। ਅਤੇ ਮੈਂ ਇਹਨਾਂ ਨੂੰ ਆਖਿਆ ਵੀ ਇਹਦਾ ਵੀ ਮੈਂ ਤਾਂ ਅਜੇ ਮੇਰਾ ਉਸਤਾਦ ਨਹੀਂ ਗਾ। ਅੱਛਾ। ਅਤੇ ਉੱਥੇ ਹੀ ਤੁਸੀਂ ਕਿਹਾ ਮੇਰਾ ਉਸਤਾਦ ਕੋਈ ਨਹੀਂ, ਉਸਤਾਦ ਨਹੀਂ ਗਾ। ਅੱਛਾ। ਅਤੇ ਉੱਥੇ ਫਿਰ ਉਹ ਮੇਰਾ ਜਿਹੜਾ ਮਿੱਤਰ ਸੀ ਉਹਨਾਂ ਨੇ ਬਕਾਇਦਾ ਰਸਮ ਹੋਈ। ਤੁਹਾਡੀ ਰਸਮ ਹੋਈ ਉਸਤਾਦੀ ਸ਼ਿਕਰ ਦੀ ਪਰਵਾਨਾ ਜੀ ਨੇ? ਹਾਂਜੀ ਹਾਂਜੀ। ਵਾਹ, ਇਹ ਅੱਜ ਪਤਾ ਲੱਗਾ ਸੀ, ਵੈਸੇ ਆਪਣਾ ਮੇਲ ਜੋਲ ਤਾਂ ਉਹਨਾਂ ਦੀ ਕਾਫੀ ਆ, ਪਰ ਹਾਂਜੀ ਇਹ ਜ਼ਿਕਰ ਨਹੀਂ ਹੋਇਆ ਕਰ। ਉਸ ਤੋਂ ਬਾਅਦ ਫਿਰ ਮੇਰਾ ਉੱਥੇ ਕੰਪਲੈਕਸ 'ਤੇ ਆਉਣਾ ਜਾਣਾ ਹੈਗਾ ਹੀ ਸੀਗਾ ਜੀ। ਅਤੇ ਕਦੀ ਕਦੀ ਉਹਨਾਂ ਦੇ ਦਰਸ਼ਨ ਹੁੰਦੇ ਸੀ, ਮੇਲ ਹੁੰਦਾ ਸੀ ਅਤੇ ਕਦੀ ਕਦੀ ਨਹੀਂ ਹੁੰਦੇ। ਅੱਛਾ ਜੀ। ਅਤੇ ਫਿਰ ਥੋੜ੍ਹੇ 6-7 ਸਾਲ ਹੋ ਗਏ ਉਦੋਂ ਭਰਵਾਲਾ ਮੇਲਾ ਜਿਹੜਾ ਸੀ ਦਿਦਾਰ ਸੰਧੂ ਜੀ ਦਾ, ਦਿਦਾਰ ਸਿੰਘ ਦਾ, ਉੱਥੇ ਮਿਲੇ ਆ ਜੀ। ਮੈਂ ਉਹਨਾਂ ਦੇ ਚਰਨਾਂ ਨੂੰ ਸਪਰਸ਼ ਕੀਤਾ ਜੀ ਅਤੇ ਉਦੋਂ ਉਹਨਾਂ ਦੀ ਛੇਤੀ ਸੀ, ਪ੍ਰੋਗਰਾਮ ਲਾਉਣਾ ਸੀਗਾ ਜੀ ਜੀ ਜੀ। ਅਤੇ ਉਹ ਤੋਂ ਬਾਅਦ ਆਪਾਂ ਮਿਲੇ ਹਾਂ ਅਤੇ ਮੇਰੇ ਉਸਤਾਦ ਸੀ ਮੇਰਾ ਉਹਨਾਂ 'ਤੇ ਬੜਾ ਜਦੋਂ ਸੁਣਿਆ ਉਹਨਾਂ ਦਾ ਅਤੇ ਬੜਾ ਮਤਲਬ ਦੁੱਖ ਲਾਇਆ ਹੋਇਆ ਉਹਨਾਂ ਦੇ ਭੋਗ 'ਤੇ। ਅਤੇ ਮਤਲਬ ਜਦੋਂ ਫੇਸਬੁੱਕ ਆਪਾਂ ਵੇਖੀ ਆ ਹਾਂਜੀ, ਅਤੇ ਅਚਾਨਕ ਹੀ ਫਿਰ ਉਸ ਵੇਲੇ ਨਹੀਂ ਆਇਆ ਗਿਆ ਜੀ। ਅਤੇ ਅੱਜ ਤਾਂ ਸਾਡਾ ਫਰਜ਼ ਬਣਦਾ ਸੀ ਜਿਨ੍ਹਾਂ ਨੇ ਸਾਨੂੰ ਉਸਤਾਦ ਜਾਂ ਸੰਧਾਂ ਸਾਨੂੰ ਸੇਧ ਦਿੱਤੀ ਆ ਜੀ। ਅਤੇ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਜਿਹੜੀਆਂ ਪੈਰਾਂ ਪਾਈਆਂ ਸਾਡੇ ਕੋਲ ਅੱਜ ਨਹੀਂ ਪਈਆਂ ਜੀ। ਕੋਸ਼ਿਸ਼ ਕਰਦੇ ਆ ਵੀ ਜਿਹੜੇ ਜਿੱਦਾਂ ਦੇ ਉਹਨਾਂ ਨੇ ਮਤਲਬ ਮੁਕਾਮ ਹਾਸਲ ਕੀਤਾ ਜੀ, ਅਸੀਂ ਵੀ ਆਪਣੀ ਲਿਖਣੀ ਰਾਹੀਂ ਤੇ ਅਸੀਂ ਉਹਨਾਂ ਦੀ ਮਤਲਬ ਪੈੜਾਂ ਰਾਹੀਂ ਆਪਣੇ ਆਪ ਚ ਉਹਨਾਂ ਦੇ ਜਿਹੜੇ ਗੁਣ ਆ ਉਹਨਾਂ ਨੂੰ ਧਾਰਨ ਕਰੀਏ ਜੀ, ਤਾਂ ਕਿ ਅਸੀਂ ਵੀ ਮਤਲਬ ਕੁਛ ਇੱਥੇ ਆਪਣੇ ਸਾਡਾ ਉਹਨਾਂ ਵਰਗਾ ਜਾਂ ਉਹਨਾਂ ਦੇ ਰਾਹਾਂ 'ਤੇ ਚੱਲਦਿਆਂ ਜੀ ਅਸੀਂ ਵੀ ਕੋਈ ਮੁਕਾਮ ਹਾਸਲ ਕਰੀਏ। ਅਤੇ ਆ ਕੇ ਅਸੀਂ ਆਪਣੇ ਆਪ ਨੂੰ ਧੰਨ ਸਮਝਦੇ ਹਾਂ ਵੀ ਅਸੀਂ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ ਅਤੇ ਉਹਨਾਂ ਨੇ ਜਿਹੜੇ ਕੀਤੇ ਹੋਏ ਕੰਮ ਉਹਨਾਂ ਦੀਆਂ ਰਾਹਾਂ ਦੇ ਉੱਤੇ ਅਸੀਂ ਵੀ ਤੁਰ ਕੇ ਅਤੇ ਕੁਛ ਬਣਾਂਗੇ। ਅਤੇ ਮਾਲਕ ਅੱਗੇ ਅਰਦਾਸ ਕਰਾਂ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਵੀ ਉਹਨਾਂ ਦੇ ਰਾਹਾਂ 'ਤੇ ਚੱਲਣ ਦਾ ਬਲ ਬਖਸ਼ਣ।
ਹੁਣ ਦੋਸਤੋ ਸਾਡੇ ਨਾਲ ਪਰਵਾਨਾ ਜੀ ਦੇ ਲਾਡਲੇ ਸ਼ਾਗਿਰਦ ਪਰਿੰਦਾ ਬਰਵਾਲਾ, ਜਿਨ੍ਹਾਂ ਨੂੰ ਅਕਸਰ ਪਰਵਾਨਾ ਜੀ ਆਪਣਾ ਛੇਵਾਂ ਪੁੱਤ ਕਹਿੰਦੇ ਹੁੰਦੇ ਸੀਗੇ, ਕਿਉਂਕਿ ਮੈਂ ਪਰਿੰਦਾ ਜੀ ਨਾਲ ਮੇਰਾ ਵਾਹਵਾ ਵਾਸਤਾ, ਸਾਡਾ ਏਰੀਆ ਇੱਕ ਹੋਣ ਕਰਕੇ, ਸਾਡਾ ਜਿਹੜਾ ਪਿੰਡ ਇੱਕ ਦੂਜੇ ਦੇ ਨੇੜੇ ਹੋਣ ਕਰਕੇ ਪਰਵਾਨਾ ਜੀ ਉਹਨਾਂ ਨੂੰ ਛੇਵਾਂ ਪੁੱਤ ਕਹਿੰਦੇ ਹੁੰਦੇ ਸੀ। ਅੱਜ ਪਰਿੰਦਾ ਜੀ ਉਹਨਾਂ ਦੇ ਭੋਗ 'ਤੇ ਪਹੁੰਚੇ, ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਆ, ਕੁਝ ਗੱਲ ਦਿਲ ਦੇ ਵਲ ਵਲੇ ਸਾਂਝੇ ਕਰਨੇ ਚਾਹੁੰਦੇ ਆ। ਪਰਿੰਦਾ ਜੀ ਕੀ ਗੱਲਾਂ ਤੁਹਾਡੇ ਨਾਲ ਜਿਹੜੀਆਂ ਰਹਿ ਗਈਆਂ ਸੀ, ਅੱਗੇ ਆਪਾਂ ਉਦਣ ਕੈਮਰੇ 'ਚ ਨਹੀਂ ਕਰ ਸਕੇ, ਉਦਣ ਤੁਹਾਡਾ ਗਲਾ ਵੀ ਸਾਥ ਨਹੀਂ ਸੀ ਦੇ ਰਿਹਾ, ਹਾਂਜੀ ਸੰਸਕਾਰ ਵਾਲੇ ਦਿਨ, ਅੱਜ ਦੱਸੋ ਕੁਝ ਹੋਰ ਯਾਦਾਂ ਉਸਤਾਦ ਜੀ ਦੀਆਂ। ਅੱਜ ਉਸਤਾਦ ਜੀ ਦੀ ਅੰਤਮ ਅਰਦਾਸ ਹੋ ਚੁੱਕੀ ਹੈ ਜੀ, ਅਤੇ ਮੇਰੇ ਦਿਲ 'ਚ ਕੁਝ ਗੱਲਾਂ ਸੀ ਜਿਹੜੀਆਂ ਮੈਂ ਕਰਨਾ ਚਾਹੁੰਦਾ ਸਾਂ ਜੀ ਜੀ ਜੀ, ਕਿ ਕਈ ਗਾਣੇ ਉਹਨਾਂ ਦੇ ਇੱਦਾਂ ਦੇ ਹੈਗੇ ਸੀ ਜਿਨ੍ਹਾਂ ਦੇ ਵਿੱਚ ਨਾ ਉਹ ਕੁਝ ਬੰਦੇ ਨੂੰ ਸਟਾਰਟ ਭਾਵੇਂ ਕਿੱਥੋਂ ਕਰਦੇ ਸੀ ਹਾਂਜੀ, ਪਰ ਕੁਝ ਸਮਝਾ ਜਾਂਦੇ ਸੀ ਬਿਲਕੁਲ, ਜਾਂ ਹਰੇਕ ਇੰਟਰਵਿਊ ਦੇ ਵਿੱਚ ਉਹ ਗਾਣਾ ਇਹੀ ਗਾਉਂਦੇ ਹੁੰਦੇ ਸੀ, ਗੀਤਾਂ ਦਾ ਲਿਖਾਰੀ ਜਿਹਨੂੰ ਕਹਿਣ ਪਰਵਾਨਾ, ਬਸ ਥੋੜ੍ਹੇ ਦਿਨ ਦਾ ਪਰਾਹੁਣਾ, ਵੀ ਖੜੀ ਹੋ ਕੇ ਗੱਲ ਸੁਣਦਾ ਤੇਰੇ ਮਗਰ ਕਿਸੇ ਨਹੀਂ ਆਉਣਾ, ਜਵਾਨੀ ਨੂੰ ਯਾਦ ਕਰਕੇ ਕਹਿੰਦੇ ਸੀ। ਕਈ ਗੀਤ ਉਹਨਾਂ ਦੇ ਹੈਗੇ ਸੀ ਜਿਹਦੇ ਵਿੱਚ ਬੋਲ ਆ ਜਾਂਦੇ ਸੀ, ਪੈਰੋਂ ਲੰਗਾ ਨੰਗਾ ਟੇੜ ਲੰਗੋਟਾ, ਹੱਥ ਗੜਵੀ ਮਾੜਾ ਸੋਟਾ, ਮੋਢੇ ਧਰ ਕੇ ਲਾਲ ਵਿਛਾਉਣਾ ਪਰਵਾਨਾ ਜੀ ਚੱਲੇ, ਅੱਗੇ ਲੋਕਾਂ ਨੇ ਰਿਕਾਰਡ ਸੁਣੇ ਨੇ ਸਮਝਾਣਗੇ ਬਿਲਕੁਲ ਬਿਲਕੁਲ, ਮੈਂ ਹਾਂ ਤੇਰੀ ਮਾਂ ਵੇ ਦਿਓਰਾ ਸੁਣ ਭਰਜਾਈ ਵਾਲਾ ਗੀਤ ਬਿਲਕੁਲ, ਪਰਵਾਨਾ ਤੇਰੇ ਪੁੱਤਾਂ ਵਰਗਾ, ਤੂੰ ਹੈ ਉਹਦੀ ਮਾਂ ਵੇ ਦਿਓਰਾ, ਬਾਈ ਦਾ ਗੀਤ ਹਾਂਜੀ। ਇੱਦਾਂ ਹੀ ਇੱਕ ਗੀਤ ਹੈਗਾ ਸੀ, ਜਦੋਂ ਆਉਂਦੀ ਹੈ ਪਰਾਈ ਤੋਂ ਦਿੰਦੀ ਸਕੇ ਭਾਈ, ਇੰਨੀ ਗੱਲ ਪਰਵਾਨਾ ਸਾਨੂੰ ਸੱਚ ਕਹਿ ਗਿਆ ਜੀ, ਅੱਗੇ ਗੀਤ ਤੁਸੀਂ ਸਮਝਦੇ ਹੋ ਜੀ ਜੀ। ਚਲੋ ਅੱਜ ਉਹ ਰਿਸਕ ਹੋ ਗਏ ਨੇ, ਪਰਿਵਾਰ ਨੂੰ ਰੱਬ ਨੂੰ ਭਾਣਾ ਮੰਨਦਾ ਬਲ ਬਖਸ਼ੇ। ਸੋ ਬਹੁਤ ਬਹੁਤ ਪ੍ਰਿੰਦਾ ਜੀ ਤੁਹਾਡਾ ਧੰਨਵਾਦ। ਦਰਬਾਰ ਜੀ ਤੁਹਾਡਾ ਧੰਨਵਾਦ। ਸੋ ਦੋਸਤੋ ਸਾਡੇ ਨਾਲ ਸੁਖਵੰਤ ਚੇਤਨਪੁਰੀ ਅੰਮ੍ਰਿਤਸਰ ਤੋਂ ਆਏ ਨੇ, ਇਹ ਗਾਇਕ ਵੀ ਨੇ, ਪੱਤਰਕਾਰਤਾ ਬਹੁਤ ਵਧੀਆ ਕਰਦੇ ਨੇ, ਹੈਲਥ ਡਿਪਾਰਟਮੈਂਟ 'ਚੋਂ ਰਿਟਾਇਰ ਨੇ। ਸੋ ਇਹਨਾਂ ਦੇ ਨਾਲ ਇਹ ਉਚੇਚੇ ਤੌਰ 'ਤੇ ਆਏ ਅੰਮ੍ਰਿਤਸਰ ਤੋਂ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਇਹਨਾਂ ਦਾ ਕੋਈ ਵੀ ਮੇਲ ਜੋਲ ਮਿਲ ਵਰਤਣ ਪਰਵਾਨਾ ਜੀ ਦੇ ਨਾਲ ਰਿਹਾ। ਚੇਤਨਪੁਰੀ ਸਾਹਿਬ ਚਾਹੁੰਦੇ ਜੀ ਵੀ ਆਏ ਜਾਂ ਅੱਜ ਭੋਗ 'ਤੇ ਹੀ ਆਏ ਹਾਂ? ਮੁੰਦਲ ਸਾਹਿਬ ਮੇਰਾ ਪਰਵਾਨਾ ਸਾਹਿਬ ਨਾਲ ਕੋਈ ਮਤਲਬ ਸਿੱਧਾ ਵਾਹ ਨਹੀਂ ਰਿਹਾ। ਅੱਛਾ ਜੀ। ਪਰ ਕਿਉਂਕਿ ਸ਼ੁਰੂ ਤੋਂ ਮੇਰਾ ਗਾਇਕੀ ਵੱਲ ਵੀ ਰੁਝਾਨ ਸੀ ਅਤੇ ਉਹਨਾਂ ਦੇ ਗਾਣੇ ਗੁਣੇ ਮਤਲਬ ਕਾਫੀ ਸੁਣੇ ਆ। ਅੱਛਾ ਜੀ। ਅਤੇ ਉਹਨਾਂ ਤੋਂ ਮੈਂ ਪ੍ਰਭਾਵਿਤ ਬੜਾ, ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਮਿੱਤਰਾਂ ਦੇ ਟਿਊਬਵੈੱਲ 'ਤੇ ਜਿਹੜਾ ਗਾਣਾ ਸੀ ਉਹਦੇ 'ਚ ਵੀ ਉਹਨਾਂ ਦਾ ਨਾਂ ਜਦੋਂ ਆਉਣਾ ਪਰਵਾਨਾ ਤੇਰੇ ਪੁੱਠੇ ਕਾਰੇ ਮੈਂ ਸਹਿੰਦੀ ਮੈਨੂੰ ਪਊਗਾ ਮਹਿੰਗਾ, ਇਹ ਕਈ ਤਰ੍ਹਾਂ ਦਾ ਨਾਂ ਜਦੋਂ ਉੱਥੋਂ ਫਿਰ ਪਤਾ ਲੱਗਦਾ ਵੀ ਇਹ ਮਹਾਨ ਹਸਤੀ, ਜਿਸ ਤਰ੍ਹਾਂ ਬਾਬੂ ਸਿੰਘ ਮਾਨ ਮਰਾੜਾ ਵਾਲੇ ਦਾ ਨਾਂ ਸੁਣਦੇ ਹਾਂ, ਗਾਮੀ ਸੰਗਤਪੁਰੀਏ ਦਾ ਸੁਣਦੇ ਹਾਂ, ਉਸ ਤਰ੍ਹਾਂ ਹੀ ਇਹਨਾਂ ਦਾ ਨਾਮ ਮੈਂ ਬਹੁਤ ਸੁਣਿਆ ਜੀ 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 ਬਿਲਕੁਲ। ਅਤੇ ਕਦੀ ਇਹ ਵੀ ਇੱਛਾ ਜਾਗੀ ਸੀ ਜ਼ਿੰਦਗੀ ਦੇ ਵਿੱਚ ਵੀ ਗੀਤ ਗਾਉਣਾ ਵੀ ਉਹਨਾਂ ਦਾ? ਵੇਖੋ ਜਦੋਂ ਆਪਾਂ ਨਿੱਕੇ ਸਨ ਅਤੇ ਉਦੋਂ ਇਹਨਾਂ ਦੇ ਗਾਣੇ ਆਉਣ ਡਏ ਸੀ ਵੈਸੇ, ਅਤੇ ਮੇਰਾ ਜਦੋਂ ਗਾਉਣ ਦਾ ਮੂਡ ਬਣਿਆ ਉਦੋਂ ਮੇਰਾ ਇਹਨਾਂ ਨਾਲੋਂ ਮਤਲਬ ਕਾਫੀ, ਇਹ ਲੁਧਿਆਣੇ ਅਤੇ ਆਪਾਂ ਅੰਮ੍ਰਿਤਸਰ ਰਹਿੰਦੇ ਹਾਂ, ਕੋਈ ਜ਼ਿਆਦਾ ਮਨ ਦੇ ਵਿੱਚ ਨਹੀਂ ਰਹੀ ਵੀ ਇਸ ਕਰਕੇ। ਠੀਕ ਠੀਕ ਠੀਕ। ਪ੍ਰਸ਼ੰਸਕ ਵੈਸੇ ਸੋਸ਼ਲ ਮੀਡੀਆ 'ਤੇ ਜਾਂ ਹੋਰ ਗੱਲਾਂ ਦਾ ਬਹੁਤ ਕਰਦੇ ਆ, ਪਰ ਮੌਕੇ 'ਤੇ ਜ਼ਮੀਨੀ ਪੱਧਰ 'ਤੇ ਗਿਣਤੀ ਘੱਟ ਹੋਣਾ ਸੰਗੀਤਕ ਖੇਤਰ ਦੇ ਲੋਕਾਂ ਵੱਲੋਂ ਹਸਤੀਆਂ ਵੱਲੋਂ, ਚਲੋ ਜਿੰਨੇ ਕੁ ਪਹੁੰਚੇ ਉਹਨਾਂ ਦਾ ਅਸੀਂ ਸ਼ੁਕਰੀਆ ਜਾਂ ਪਰਿਵਾਰ ਨੇ ਵੀ ਬਹੁਤ ਧੰਨਵਾਦ ਕੀਤਾ, ਅਤੇ ਤੁਸੀਂ ਕਿੱਦਾਂ ਸਮਝਦੇ ਹੋ? ਮੈਂ ਇਹ ਸਮਝਦਾ ਵੀ ਇਹ ਸੁਭਾਵਿਕ ਆ, ਜਿਹੜੀ ਦੁਨੀਆ ਉਹ ਖੁਦ ਕਰਜੇ ਅੱਜ ਕੱਲ੍ਹ ਆਪਣੇ ਉਹਨਾਂ ਆਪਣੇ ਨਾਲ ਹੀ ਮਤਲਬ ਜਿਹੜੀ ਆ। ਮੈਂ ਆਸਾ ਸਿੰਘ ਮਸਤਾਨਾ ਦਾ ਇੱਕ ਗਾਣਾ
ਉਹ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਜੀ, ਉਹ ਤੇ ਕਹਿੰਦਾ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ, ਇਹ ਵੱਖਰੀ ਹੈ ਗੱਲ ਕੇ ਮੁਸਕਰਾ ਕੇ ਚੱਲਣਗੇ ਜੀ, ਜਿਨ੍ਹਾਂ ਦੇ ਪੈਰਾਂ 'ਚ ਮੈਂ ਰੁਲਦਾ ਰਿਹਾ ਹਾਂ ਹੈ, ਉਹ ਹੱਥਾਂ ਆਖਰ ਨੂੰ ਹੱਥਾਂ 'ਤੇ ਉਠਾ ਕੇ ਚੱਲਣਗੇ। ਕਹਿਣ ਦਾ ਮਤਲਬ ਆ ਵੀ ਜੇ ਅਸੀਂ ਇਹ ਸੋਚੀਏ ਵੀ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ, ਉਹ ਗੱਲਾਂ ਅਲੈਦਾ ਨੇ ਜੀ, ਆਉਣਾ ਕੀ ਪਤਾ ਮੇਰੇ ਮਰਨ 'ਤੇ ਵੀ ਕੋਈ ਨਾ ਆਵੇ, ਪਰ ਬਾਕੀ ਕਿਸੇ ਵੇਲੇ ਜਿਸ ਤਰ੍ਹਾਂ ਉਹ ਆਖਰ ਉਮਰ ਦੇ ਵਿੱਚ ਬਿਰਧ ਹੋ ਗਿਆ ਅਤੇ ਉਹਨਾਂ ਦਾ ਵਾਹ ਵਾਸਤਾ ਲੋਕਾਂ ਨਾਲੋਂ ਥੋੜ੍ਹਾ ਘੱਟ ਗਿਆ, ਉਹ ਬਹੁਤੇ ਉਹਨਾਂ ਦੇ ਪ੍ਰਸ਼ੰਸਕ ਜਿਸ ਤਰ੍ਹਾਂ ਹੁਣ ਆਪਣਾ ਉਹ ਪਰਿੰਦਾ ਬਰਵਾਲਾ ਨੇ ਕਿੱਡੀ ਦੂਰੋਂ ਆਏ ਨੇ, ਇਸ ਤਰ੍ਹਾਂ ਹੀ ਹੋਰ ਕੋਈ ਸਨੇਹੀ ਆਏ ਹੋਣਗੇ ਜ਼ਿਆਦਾ, ਜਿਹੜੇ ਉਹ ਅੱਜ ਕੱਲ੍ਹ ਆਪਣੇ ਕੰਮਾਂ ਦੇ ਵਿੱਚ ਕੌਣ ਕਿਸੇ ਨੂੰ ਪੁੱਛਦਾ।